ਸਾਡੇ ਨਾਲ ਅੱਜ ਇੱਥੇ ਚੰਡੀਗੜ੍ਹ ਪ੍ਰੈਸ ਕਲੱਬ 'ਚ ਹਨ ਸਵਰਗੀ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਬੇਟੀ ਸ਼ਿਰੇ ਸੀ, ਜਿਨ੍ਹਾਂ ਨੇ ਇਸ ਪੂਰੇ ਲੰਬੇ ਸੰਘਰਸ਼ ਦੇ ਦੌਰਾਨ ਪਰਿਵਾਰ ਦੇ ਸੰਘਰਸ਼ ਨੂੰ ਵੀ ਦੇਖਿਆ, ਪਰਿਵਾਰ ਦੇ ਉੱਤੇ ਜਿਹੜਾ ਦੁੱਖਾਂ ਦਾ ਪਹਾੜ ਗੁਜ਼ਰਿਆ ਸੀ ਉਹ ਵੀ ਦੇਖਿਆ, ਔਰ ਉਸ ਬਚਪਨ ਦੇ ਵਿੱਚ ਜਦੋਂ ਬੱਚਾ ਖੁਸ਼ੀਆਂ ਮਾਣਨਾ ਚਾਹੁੰਦਾ, ਖੇਡਣਾ ਕੁੱਦਣਾ ਚਾਹੁੰਦਾ, ਔਰ ਉਸ ਦੌਰਾਨ ਪਰਿਵਾਰ ਦੇ ਉੱਤੇ ਕੀ ਗੁਜ਼ਰੀਆਂ, ਉਹ ਸਾਰੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕਰਨ ਦੇ ਲਈ ਹਾਜ਼ਰ ਨੇ ਸ਼੍ਰੀ ਸਿੰਘ ਜੀ। ਸ਼੍ਰੀ ਸਿੰਘ, ਬਹੁਤ ਬਹੁਤ ਧੰਨਵਾਦ ਤੁਹਾਡਾ। ਸ਼ੁਕਰੀਆ ਜੀ। ਤੁਸੀਂ ਇਸ ਪੂਰੇ ਦੌਰ ਦੇ ਵਿੱਚ, ਕਿਉਂਕਿ ਉਦੋਂ ਤੁਹਾਡੀ ਉਮਰ ਮੇਰੇ 16-17 ਸਾਲ ਦੀ ਹੋਏਗੀ ਜਦੋਂ ਰਾਮਚੰਦਰ ਜੀ ਦੀ ਹੱਤਿਆ ਹੋਈ, ਅਤੇ ਉਦੋਂ ਤੁਸੀਂ ਕੀ ਮਹਿਸੂਸ ਕੀਤਾ? ਪਰਿਵਾਰ ਦੇ ਵਿੱਚ ਅਚਾਨਕ ਘਰ ਦੇ ਬਾਹਰ ਲਾਸ਼ ਵਿਛ ਗਈ, ਅਚਾਨਕ ਸਾਰੇ ਦਾ ਸਾਰਾ ਇੱਕਦਮ ਹਾਲਾਤ ਘਰ ਦੇ ਬਦਲ ਗਏ, ਕੀ ਮਹਿਸੂਸ ਕੀਤਾ, ਔਰ ਉਹਨਾਂ ਸਾਰੇ ਦੌਰ ਦੇ ਵਿੱਚੋਂ ਕਿੱਦਾਂ ਕਿੱਦਾਂ ਤੁਹਾਡਾ ਪਰਿਵਾਰ ਲੰਘਦਾ? ਪਾਪਾ ਸਿਰਫ ਸਾਡੇ ਲਈ ਸਾਡੇ ਫਾਦਰ ਨਹੀਂ ਸੀ, ਸਾਡੇ ਘਰ ਦੀ ਰੌਣਕ ਵੀ ਸੀਗੇ, ਔਰ ਬਹੁਤ ਹੀ ਜੌਲੀ ਅਤੇ ਹਸਮੁੱਖ ਕਿਸਮ ਦੀ ਸ਼ਖਸੀਅਤ ਸੀਗੇ। ਘਰ 'ਚ ਹਰ ਟਾਈਮ ਮਜ਼ਾਕ, ਹਾਸੇ, ਠੱਠੇ ਦਾ ਮਾਹੌਲ ਰਹਿੰਦਾ ਸੀ, ਔਰ ਅਚਾਨਕ ਉਹਨਾਂ ਦਾ ਚਲਾ ਜਾਣਾ ਘਰ 'ਚ ਸੁੰਨ ਪਾ ਗਿਆ। ਔਰ ਦੂਸਰੀ ਗੱਲ ਇਹ ਕਿ ਘਰ ਤੋਂ ਸਿਰਫ ਪਾਪਾ ਨਹੀਂ ਗਏ ਸੀ, ਮੇਰੀਆਂ ਕਵਿਤਾਵਾਂ ਦੇ ਵੀ ਸੰਪਾਦਕ ਚਲੇ ਗਏ ਸੀ, ਸਾਡੇ ਗੁਰੂ ਚਲੇ ਗਏ ਸੀ, ਹੋਰ ਵੀ ਸਾਡੇ ਲਈ ਬਹੁਤ ਕੁਝ ਸੀ। ਮੇਰੀ ਮਦਰ ਦੇ ਜੀਵਨ ਸਾਥੀ ਹੋਣ ਦੇ ਨਾਲ ਨਾਲ ਬੈਸਟ ਫਰੈਂਡ ਵੀ ਸੀਗੇ, ਅਤੇ ਉਹਨਾਂ ਸਾਰੇ ਹਾਲਾਤਾਂ ਦੇ ਵਿੱਚੋਂ ਕਿ ਜਿਸ ਤਰ੍ਹਾਂ ਅਚਾਨਕ ਪਰਿਵਾਰ ਦੇ ਮੁਖੀ ਦਾ ਚਲੇ ਜਾਣਾ, ਉਸ ਤੋਂ ਬਾਅਦ ਭੈਣਾਂ ਭਰਾਵਾਂ ਦੀ ਜ਼ਿੰਮੇਵਾਰੀ, ਪਰਿਵਾਰ ਦੀ, ਖੇਤੀ ਦੀ, ਪੜ੍ਹਾਈ ਦੀ, ਉਹ ਸਾਰੀਆਂ ਜ਼ਿੰਮੇਵਾਰੀਆਂ ਤੁਹਾਡੇ ਬ੍ਰਦਰ ਨੇ, ਔਰ ਤੁਸੀਂ ਕਿਉਂਕਿ ਸਾਰਿਆਂ ਨੂੰ ਸੰਭਾਲਣੀਆਂ ਪਈਆਂ, ਉਹ ਕਿੰਨਾ ਦੌਰਾਂ ਦੇ ਵਿੱਚ ਤੁਸੀਂ ਲੰਘੇ, ਔਰ ਕੀ ਹਾਲਾਤ ਉਸ ਸਾਰੇ ਦੇ ਸਾਰੇ 16-17 ਸਾਲ 'ਚ? ਸਾਰਾ ਜਿਹੜਾ ਪਰਿਵਾਰ ਦਾ ਜਿੰਨੀਆਂ ਵੀ ਜ਼ਿੰਮੇਵਾਰੀਆਂ ਸੀ ਉਹਨਾਂ ਦਾ ਭਾਰ ਅੰਸ਼ੁਲ ਦੇ ਮੋਢਿਆਂ 'ਤੇ ਆ ਗਿਆ ਸੀ। ਅੰਸ਼ੁਲ ਉਸ ਟਾਈਮ ਸਿਰਫ 21 ਸਾਲਾਂ ਦਾ ਰਿਹਾ ਸੀ, ਔਰ ਸਿਰਫ ਘਰ ਨੂੰ ਸੰਭਾਲਣਾ ਉਹਦੀ ਜ਼ਿੰਮੇਵਾਰੀ ਨਹੀਂ ਸੀ, ਘਰ ਤੋਂ ਬਾਹਰ ਪਾਪਾ ਦੇ ਕੇਸ ਦੀ ਪੈਰਵੀ ਕਰਨਾ ਉਹਦੇ ਲਈ ਸਭ ਤੋਂ ਵੱਡਾ ਜਿਹੜਾ ਇੱਕ ਤੁਸੀਂ ਕਹਿ ਸਕਦੇ ਹੋ ਟਾਰਗੇਟ ਬਣ ਗਿਆ ਸੀਗਾ। ਔਰ ਉਸ ਟਾਈਮ ਬਹੁਤ ਔਕੜਾਂ, ਇੱਕ ਦੁੱਖ ਦਾ ਪਹਾੜ ਵੀ ਟੁੱਟ ਗਿਆ ਸੀ ਫਾਦਰ ਦੇ ਚਲੇ ਜਾਣਾ, ਔਰ ਉਸ ਤੋਂ ਬਾਅਦ ਕਾਫੀ ਸੋਸ਼ਲ ਕ੍ਰਾਈਸਿਸ ਵੀ ਦੇਖਿਆ, ਫਾਈਨੈਂਸ਼ੀਅਲ ਕ੍ਰਾਈਸਿਸ ਵੀ ਦੇਖਿਆ। ਅਸੀਂ ਸ਼੍ਰੇਸ਼ੀ ਤੁਹਾਡੇ ਤੋਂ ਇਹ ਵੀ ਜਾਣਨਾ ਚਾਹਾਂਗੇ ਕਿ ਉਸ ਤੋਂ ਬਾਅਦ ਤੁਹਾਡੀ ਪੜ੍ਹਾਈ ਕਿਵੇਂ ਚੱਲੀ, ਔਰ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ, ਕਿਉਂਕਿ ਭਰਾ ਤੁਹਾਡਾ ਪਰਿਵਾਰ ਦਾ ਵੀ ਮੋਢੀ ਹੋ ਗਿਆ ਸੀਗਾ, ਔਰ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਵੀ ਪਰਿਵਾਰ ਦੀ ਭਰਾ ਅੰਸ਼ੁਲ 'ਤੇ ਆ ਗਈ ਸੀ, ਉਹਨਾਂ ਤੋਂ ਫਿਰ ਤੁਸੀਂ ਸਾਰੇ ਪਰਿਵਾਰ ਨੇ ਕਿਵੇਂ ਅੱਗੇ ਪਾਰ ਪਾਉਣ ਲਈ ਦੀ ਉਹਦੀ ਮਦਦ ਕੀਤੀ, ਔਰ ਆਪਣੀ ਪੜ੍ਹਾਈ ਨੂੰ ਅੱਗੇ ਕੰਟੀਨਿਊ ਕਰਦੇ ਹੋਏ ਪਰਿਵਾਰ ਨੂੰ ਅੱਗੇ ਤੋਰਿਆ 16-17 ਸਾਲ ਦੇ ਸੰਘਰਸ਼? ਉਸ ਟਾਈਮ ਮੈਂ 11th ਦੀ ਸਟੂਡੈਂਟ ਸੀ, ਔਰ ਕਿਉਂਕਿ ਇੱਕ ਸਿਕਿਉਰਿਟੀ ਦਾ ਕੰਸਰਨ ਜ਼ਰੂਰ ਸੀ, ਤਾਂ ਕਾਲਜ ਵੱਲੋਂ ਵੀ ਸਕੂਲ ਵੱਲੋਂ ਪ੍ਰਿੰਸੀਪਲ ਵੱਲੋਂ ਖਾਸ ਹਿਦਾਇਤਾਂ ਸੀਗੀਆਂ ਸਕੂਲ ਦੇ ਸਟਾਫ ਨੂੰ ਕਿ ਸਟੂਡੈਂਟ ਦਾ ਤੁਸੀਂ ਧਿਆਨ ਰੱਖਣਾ, ਕਿਉਂਕਿ ਇੱਦਾਂ ਦੇ ਸਿਕਿਉਰਿਟੀ ਇਸ਼ੂਜ਼ ਇਹਨਾਂ ਦੀ ਫੈਮਿਲੀ ਨਾਲ ਹਨ। ਅਤੇ ਜਿਹੜੀ ਸਕੂਲ ਬੱਸ ਸੀ ਉਹ ਮੈਨੂੰ ਘਰ ਦੇ ਅੰਦਰ ਤੱਕ ਛੱਡਣ ਜਾਂਦੀ ਸੀ, ਸਕੂਲ ਬੱਸ ਘਰ ਦੇ ਬਾਹਰ ਰੁਕੀ ਰਹਿੰਦੀ ਸੀ ਜਦੋਂ ਤੱਕ ਮੈਂ ਅੰਦਰ ਨਹੀਂ ਚਲੀ ਜਾਂਦੀ ਸੀ, ਔਰ ਸਕੂਲ ਦੇ ਮੇਰੇ ਘਰ ਪਹੁੰਚਣ ਤੱਕ, ਜਦੋਂ ਤੱਕ ਮੈਂ ਗੇਟ ਦੇ ਅੰਦਰ ਨਹੀਂ ਚਲੀ ਜਾਂਦੀ ਸੀ, ਸਕੂਲ ਬੱਸ ਉਨੀ ਦੇਰ ਤੱਕ ਘਰ ਦੇ ਬਾਹਰ ਖੜ੍ਹੀ ਰਹਿੰਦੀ ਸੀਗੀ। ਔਰ ਪ੍ਰਿੰਸੀਪਲ ਵੱਲੋਂ ਖਾਸ ਹਿਦਾਇਤਾਂ ਸੀ ਕਿ ਕਿਸੇ ਵੀ ਤਰ੍ਹਾਂ ਦਾ ਬੱਚੇ ਦੇ ਨਾਲ ਸਿਕਿਉਰਿਟੀ ਵਿੱਚ ਕਿਸੇ ਤਰ੍ਹਾਂ ਦੀ ਵੀ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ। ਹਾਂਜੀ। ਇਸ ਦੌਰਾਨ ਤੁਹਾਡੇ ਮਾਤਾ ਜੀ ਜਿਹੜੇ ਸਨ ਉਹ ਕਿਸੇ ਦੌਰਾਨ ਉਹਨਾਂ ਦਾ ਕੋਈ ਮਨ ਡੋਲਿਆ ਹੋਵੇ ਕਿ ਉਹਨਾਂ ਨੂੰ ਪਹਿਲਾਂ ਛਤਰਪਤੀ ਨੂੰ ਖੋ ਚੁੱਕੇ ਸੀ, ਔਰ ਅੰਸ਼ੁਲ ਛਤਰਪਤੀ ਦੀ ਸੁਰੱਖਿਆ ਨੂੰ ਲੈ ਕੇ, ਤੁਹਾਡੇ ਦੂਸਰੇ ਬ੍ਰਦਰ ਦੀ ਸੁਰੱਖਿਆ ਨੂੰ ਲੈ ਕੇ, ਤੁਹਾਡੀ ਸੁਰੱਖਿਆ ਨੂੰ ਲੈ ਕੇ ਉਹ ਕਦੇ ਚਿੰਤਤ ਰਹੇ ਹੋਣ, ਜਾਂ ਕਦੇ ਉਹਨਾਂ ਨੇ ਕਿਹਾ ਹੋਵੇ ਕਿ ਵੀ ਨਹੀਂ ਛੱਡੋ ਕੇਸ ਲੜਨ ਨੂੰ, ਕਿ ਤੁਸੀਂ ਇਹਦੇ ਨਹੀਂ ਕਿਹਾ ਇਸ ਤਰ੍ਹਾਂ ਦਾ? ਨਹੀਂ, ਇੱਦਾਂ ਦਾ ਟਾਈਮ 2002 ਪਾਪਾ ਦੀ ਡੈਥ ਤੋਂ ਬਾਅਦ ਕਦੇ ਨਹੀਂ ਆਇਆ। ਹਾਲਾਂਕਿ ਪਾਪਾ ਨੂੰ ਉਹ ਜ਼ਰੂਰ ਰੋਕਦੇ ਰਹੇ ਕਿ ਆਪਾਂ ਥੋੜ੍ਹਾ ਜਿਹਾ ਤੁਸੀਂ ਸੰਭਲ ਕੇ ਲਿਖਿਆ ਕਰੋ, ਕਿਉਂਕਿ ਇੱਕ ਥ੍ਰੈਟਸ ਆਉਂਦੀਆਂ ਰਹਿੰਦੀਆਂ ਸੀਗੀਆਂ। ਪਰ ਜਦੋਂ ਉਹਨਾਂ ਦੀ ਡੈਥ ਹੋ ਗਈ ਅਤੇ ਉਸ ਤੋਂ ਬਾਅਦ ਉਹਨਾਂ ਨੇ ਵੀ ਅੰਦਰ ਹੀ ਅੰਦਰ ਤੈਅ ਕਰ ਲਿਆ ਸੀ ਕਿ ਹੁਣ ਹੋਰ ਜ਼ਿਆਦਾ ਨਹੀਂ ਸਹਾਂਗੇ, ਅਤੇ ਪਾਪਾ ਨੂੰ ਵੀ ਨਿਆਂ ਦਿਵਾਉਣਾ ਬਹੁਤ ਜ਼ਰੂਰੀ ਹੈ। ਅਤੇ ਇਸ ਵਜ੍ਹਾ ਤੋਂ ਉਹਨਾਂ ਨੇ ਸ਼ਾਇਦ ਮੇਰੇ ਸਾਹਮਣੇ ਇੱਦਾਂ ਕਦੇ ਨਹੀਂ ਹੋਇਆ ਕਿ ਅੰਸ਼ੁਲ ਨੂੰ ਰੋਕਿਆ ਹੋਏ ਜਾਂ ਕਦੇ ਵੀ ਆਪਦੇ ਹੌਸਲੇ ਡਿੱਗਣ ਦਿੱਤੇ ਹੋਣ।
क्योंकि जिस शहर के विच तुहाडा परिवार रहिंदा सी उस शहर के विच सरसा डेरा मुखी का डेरा हैगा और उत्थे सब तो ज़्यादा फॉलोअर ने और उस पूरे हालातों के विच उन्हां दे उस प्रेजेंस के विच कि एक लड़ाई जिहड़ी लड़नी है एक ऐसा दौर सीगा किस दौर नूं तुसीं कि भोगिया डेरे दा अपने टाइम ते एक बहुत तूती बोलती सी उस थान ते और लोकां दे विच आम शहर दे विच बहुत ज़्यादा डर दा माहौल सी ते सानू साडे रिश्तेदार या आस पड़ोस वाले जड़े दोस्त मित्र सीगे ओ किसे ना किसे तरह सानू वार वार कुछ उन्हां दा भी कंसर्न सी साडे नाल जुड़िया होया कि हाँ बच के रहना या ज़्यादा लोकां दे विच इस तरह कि हाँ असी छत्रपति दे परिवार नाल जुड़े हुए हैं इस तरह अपने आप नूं एक्सपोज ना करना करन देना ए इस तरह दी हिदायतां सानू साडे रिश्तेदारां वल्लों भी मिलदियां सीगियां तो उत्थों एक डेफिनेटली एक गल दा पता लगदा है कि ये माहौल तां जरूर सी कि साडे रिश्तेदार और आस पास वाले भी डरे हुए सीगे कि परिवार दी जिहड़ी इस तों बाद होर इन्हां नूं डेरे वल्लों कोई काटा ना खाना पए। एक उम्र हुंदी है बच्चे की 16 साल की जो दा मन खेलन करता है वह शरारतां करन करता है वह मन होर कई चीज़ों करता है कई चीज़ों दी डिमांडा करन करता है परिवार तो माँ बाप तो और उस दौरान ही सारा कुछ वापरिया जिस दिन ये वापरिया उस दिन तुसी करे सी और उस तो बाद घर का किदां दा माहौल रहा और कई दिन तक किदां दे माहौल चो गुजरे तुसी? बिल्कुल मैं अपने फादर नूं अपने अखां दे सामने गोलियां नाल छली हुंदे देखिया ਉਹਨਾਂ ਨੂੰ ਖੂਨ ਨਾਲ ਲਥਪਥ ਦੇਖਿਆ ਉਸ ਤੋਂ ਬਾਅਦ ਕਈ ਦਿਨ ਤੱਕ ਉਹਨਾਂ ਦਾ ਇੰਤਜ਼ਾਰ ਕੀਤਾ ਔਰ ਉਹਨਾਂ ਨਾਲ ਫੋਨ 'ਤੇ ਵੀ ਗੱਲ ਹੋਈ ਅਤੇ ਸੁਣਦੇ ਰਹੀਦਾ ਸੀਗਾ ਰੋਹਤਕ ਤੋਂ ਜਦੋਂ ਵੀ ਕੋਈ ਘਰ ਆਉਂਦਾ ਸੀ ਤਾਂ ਸੁਣੀਦਾ ਸੀ ਕਿ ਉਹਨਾਂ ਦਾ ਜਜ਼ਬਾ ਅਤੇ ਉਹਨਾਂ ਦੀ ਸਪਿਰਿਟ ਬਹੁਤ ਹਾਈ ਹੈ ਉਹਨਾਂ 'ਚ ਵਿਲ ਪਾਵਰ ਜ਼ਿੰਦਗੀ ਨੂੰ ਲੈ ਕੇ ਬਹੁਤ ਸਟਰੋਂਗ ਹੈ ਜੀਣਾ ਚਾਹੁੰਦੇ ਨੇ ਇੱਦਾਂ ਦਾ ਸੁਣਨ ਨੂੰ ਮਿਲਦਾ ਸੀ ਅਤੇ ਲੱਗਦਾ ਸੀ ਕਿ ਪਾਪਾ ਵਾਪਸ ਜ਼ਰੂਰ ਆਉਣਗੇ ਸਹੀ ਸਲਾਮਤ ਘਰ ਆਉਣਗੇ ਅਤੇ ਇੰਤਜ਼ਾਰ 'ਚ ਉਹ ਪੂਰਾ ਇੱਕ ਮਹੀਨਾ ਅਸੀਂ ਬਿਤਾਇਆ ਕਦੇ ਇੱਦਾਂ ਦਾ ਡਰ ਨਹੀਂ ਲੱਗਿਆ ਸੀ ਕਿ ਅਸੀਂ ਆਪਣੇ ਪਾਪਾ ਨੂੰ ਗਵਾ ਦੇਵਾਂਗੇ ਕਿਉਂਕਿ ਜਦੋਂ ਉਹਨਾਂ ਨੇ ਉਹਨਾਂ ਨਾਲ ਮੇਰੀ ਲਾਸਟ ਵਾਰ ਗੱਲ ਹੋਈ ਤਾਂ ਉਹਨਾਂ ਦੀ ਆਵਾਜ਼ 'ਚ ਕਿਸੇ ਵੀ ਤਰ੍ਹਾਂ ਦਾ ਡਰ ਜਾਂ ਕਾਂਬਾ ਨਹੀਂ ਸੀ ਉਹ ਉਹਨੇ ਹੀ ਫਾਰਮਲੀ ਗੱਲ ਕਰ ਰਹੇ ਸੀ ਹਾਂ ਔਰ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਇੱਕ ਵਾਰੀ ਆ ਕੇ ਮਿਲ ਜਾਓ ਅਤੇ ਮੈਂ ਉਹਨਾਂ ਨੂੰ ਕਿਹਾ ਸੀ ਨਹੀਂ ਪਾਪਾ ਮੈਂ ਤੁਹਾਨੂੰ ਦੇਖਾਂਗੇ ਜਿੱਦਣ ਤੁਸੀਂ ਬਿਲਕੁਲ ਸਹੀ ਹੋ ਜਾਓਗੇ। ਸ਼੍ਰੇਸੀ ਕਿ ਜਿਸ ਜ਼ਿਲ੍ਹੇ 'ਚ ਤੁਸੀਂ ਰਹਿੰਦੇ ਹੋ ਜਿੱਥੇ ਤੁਸੀਂ ਰਹਿੰਦੇ ਹੋ ਜਿੱਥੇ ਡੇਰਾ ਹੈਗਾ ਉੱਥੇ ਡੇਰੇ ਦੇ ਫੋਲੋਅਰਸ ਬਹੁਤ ਨੇ ਔਰ ਹੋ ਸਕਦਾ ਤੁਹਾਡੇ ਕੁਛ ਰਿਸ਼ਤੇਦਾਰ ਨੇੜੇ ਦੇ ਉਹ ਵੀ ਉਸ ਡੇਰੇ ਦੇ ਨਾਲ ਜੁੜੇ ਰਹੇ ਹੋਣ ਕਿਸੇ ਨਾ ਕਿਸੇ ਤਰ੍ਹਾਂ ਨਾਲ ਫੋਲੋਅਰ ਰਹੇ ਹੋਣ ਕਦੇ ਉਹਨਾਂ ਦਾ ਦਬਾਅ ਤੁਹਾਡੇ ਪਰਿਵਾਰ 'ਤੇ ਉਹਨਾਂ 'ਤੇ ਆਇਆ ਜਾਂ ਕੋਈ ਰਿਸ਼ਤੇਦਾਰੀ ਦਾ ਜਾਂ ਹੋਰ ਦਾ ਕਿ ਵੀ ਤੁਸੀਂ ਲੜਾਈ ਛੱਡ ਕੇ ਡੇਰੇ ਨਾਲ ਸਮਝੌਤਾ ਕਰ ਲਓ? ਡਾਇਰੈਕਟਲੀ ਤਾਂ ਨਹੀਂ ਇੱਦਾਂ ਦਾ ਰਿਹਾ ਲੇਕਿਨ ਹਾਂ ਇੱਕ ਮਦਰ ਨੂੰ ਕਈ ਵਾਰੀ ਇੱਧਰ ਉੱਧਰ ਦੇ ਜਿਹੜੇ ਦੂਰ ਦੇ ਰਿਸ਼ਤੇਦਾਰ ਉਹ ਜ਼ਰੂਰ ਕਹਿੰਦੇ ਰਹੇ ਕਿ ਅੰਸ਼ੁਲ ਨੂੰ ਥੋੜ੍ਹਾ ਹਾਂਜੀ ਕਿ ਅੰਸ਼ੁਲ ਨੂੰ ਥੋੜ੍ਹਾ ਸੰਭਾਲ ਕੇ ਤੁਸੀਂ ਇੱਦਾਂ ਹੁਣ ਅੱਗੇ ਜ਼ਿਆਦਾ ਨਾ ਵਧਣ ਔਰ ਥੋੜ੍ਹਾ ਜਿਹਾ ਡਰ ਕੇ ਰਹੋ ਇੱਦਾਂ ਦੇ ਮੇਰੀ ਮਦਰ ਨੂੰ ਡਰਾਉਣ ਦੀ ਕੋਸ਼ਿਸ਼ ਥੋੜ੍ਹੀ ਬਹੁਤ ਹੁੰਦੀ ਸੀਗੀ। ਛਤਰਪਤੀ ਦੀ ਡੈਥ ਤੋਂ ਬਾਅਦ ਅੰਸ਼ੁਲ ਨੇ ਪੱਤਰਕਾਰਤਾ ਨੂੰ ਸੰਭਾਲਿਆ ਔਰ ਹੁਣ ਤੁਸੀਂ ਪੱਤਰਕਾਰਤਾ ਦੀ ਪੜ੍ਹਾਈ ਕਰਵਾ ਰਹੇ ਹੋ ਪੱਤਰਕਾਰਤਾ ਬਾਰੇ ਪੜ੍ਹਾ ਰਹੇ ਹੋ ਬੱਚਿਆਂ ਨੂੰ ਕਿ ਵੀ ਪੱਤਰਕਾਰਤਾ ਕੀ ਹੁੰਦੀ ਹੈ ਪੱਤਰਕਾਰਤਾ ਕਿੱਦਾਂ ਦੀ ਹੁੰਦੀ ਹੈ ਔਰ ਸੱਚ ਦੀ ਆਵਾਜ਼ ਕਿੱਦਾਂ ਲਿਖੀ ਜਾਣੀ ਹੈ ਔਰ ਪੂਰਾ ਸੱਚ ਕੀ ਹੁੰਦਾ ਹੈਗਾ। ਹੁਣ ਇਸ ਪੂਰੇ ਦੋਨੋਂ ਰੋਲ ਦੇ ਵਿੱਚ ਇੱਕ ਉਹ ਰੋਲ ਦੇਖਿਆ ਸੀ ਤੁਸੀਂ ਕਿਹੜਾ ਰੋਲ ਹੈ ਇਹਦੇ 'ਚ ਹੁਣ ਤੁਸੀਂ ਕੀ ਮਹਿਸੂਸ ਕਰਦੇ ਹੋ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ? ਮੈਂ ਇਹਦੇ ਵਿੱਚ ਇੱਕ ਇਹ ਵੀ ਜੋੜਨਾ ਚਾਹਾਂਗੀ ਕਿ ਮੇਰਾ ਛੋਟਾ ਬ੍ਰਦਰ ਅਰਿਦਮਨ ਉਹ ਵੀ ਪੂਰਾ ਸੱਚ ਲਈ ਪੂਰੀ ਉਹਨੇ ਆਪਦੀ ਕਈ ਸਾਲ ਜਿੰਨੀ ਦੇਰ ਪੂਰਾ ਸੱਚ ਚੱਲਦਾ ਰਿਹਾ ਲਿਖਦਾ ਰਿਹਾ ਔਰ ਪੂਰਾ ਸੱਚ ਲਈ ਸਾਰੇ ਕੰਮ ਜਿੰਨੇ ਵੀ ਇੱਕ ਲੋਕਲ ਨਿਊਜ਼ ਪੇਪਰ ਦੇ ਰਿਪੋਰਟਰਸ ਔਰ ਐਡੀਟਰਸ ਕਰਦੇ ਆ ਉਹ ਸਾਰੇ ਅੰਸ਼ੁਲ ਦੇ ਨਾਲ ਮਿਲ ਕੇ ਕਰਵਾਉਂਦਾ ਰਿਹਾ ਅਤੇ ਉਹ ਵੀ ਉਹਨੇ ਵੀ ਪਾਪਾ ਦੇ ਨਿਊਜ਼ ਪੇਪਰ ਨੂੰ ਓਨਾ ਹੀ ਸੰਭਾਲਿਆ ਜੇ ਛਤਰ ਜੇ ਅੰਸ਼ੁਲ ਬਾਹਰ ਪਾਪਾ ਦਾ ਕੇਸ ਦੇਖ ਰਿਹਾ ਸੀ ਅਤੇ ਅੰਦਰ ਬੈਠਾ ਸਿਰਸਾ 'ਚ ਅਰਿਦਮਨ ਉਸ ਟਾਈਮ ਨਿਊਜ਼ ਪੇਪਰ ਨੂੰ ਵੀਰੇ ਦੇ ਐਬਸੈਂਸ 'ਚ ਦੇਖਦਾ ਸੀਗਾ। ਹਾਂ ਮੈਂ ਨਿਊਜ਼ ਮੈਂ ਵੀ ਜਰਨਲਿਸਟ ਹੀ ਬਣਨਾ ਚਾਹੁੰਦੀ ਸੀ ਮੈਂ ਇਲੈਕਟ੍ਰੋਨਿਕ ਮੀਡੀਆ 'ਚ ਪ੍ਰੈਕਟਿਸ ਕਰਨਾ ਚਾਹੁੰਦੀ ਸੀਗੀ ਲੇਕਿਨ ਪਰਿਸਥਿਤੀਆਂ ਉਸ ਤਰ੍ਹਾਂ ਦੀਆਂ ਨਹੀਂ ਰਹੀਆਂ ਸ਼ਾਇਦ ਪਾਪਾ ਦੇ ਹੱਥ ਪਾਪਾ ਦਾ ਹੱਥ ਸਾਡੇ ਸਿਰ 'ਤੇ ਹੁੰਦਾ ਤਾਂ ਹਾਲਾਤ ਕੁਛ ਹੋਰ ਹੁੰਦੇ ਸੋ ਮੈਂ
फिर उस टाइम टीचिंग नू अब द प्रोफेशन बनाना समझा और वो भी जर्नलिज्म में ही मैं टीच कर रही हूँ और आज मैनू ये एहसास हुंदा है कि मैं पापा दी कड़ी कलम नल पहली बार लिखिया सी वो सिंबॉलिक है मैनू किते ना किते सिख्या जरूर दिंदा है पापा दे पूर्णिया ते पहली बारी लिखना सिख्या सी उन्हां दी कड़ी कलम नल पहली बार लिखिया सी बहुत बार वार वार उन्होंने सानू जदों असी खेडना और शरारतां करना यही हिदायतां दित्तियां बैठ के कुछ पढ़ो पढ़ो दा मतलब टैक्सट बुक नहीं हुंदा सी साहित्य नाल हुंदा सी बैठ के कुछ पढ़ो या कुछ कुछ लिखन दी कोशिश करो मेरियां मैनू कवितावां लिखन लई लेख लिखन लई कवितावां भी लिखदे हो कोई इहदे निक्के ना कोई दो लाइनां तुहाडे याद होण इस टाइम तो मैं नहीं सुना सकांगी क्योंकि मेरे को कुछ इस टाइम रिकॉर्ड च नहीं हैगा ते उदा मतलब हर टाइम वो सानू प्रमोट करते सीगे ते मैनू अज ये लगता है कि मैं किसे ना किसे तरह उन्हां जड़े पूर्णिया नू फिक्का नहीं पहन दिता है और हुन मैनू ये एहसास हुंदा है कि मैं एक प्राउड डॉटर हाँ मैं शहीद रामचंद्र छत्रपति दी बेटी हाँ और मैनू उन्हां दे नाम नू होर अगे लैके जाना है और उन्हां दे पूर्णिया ते तुरना है उन्हां पूर्णिया नू फिक्के नहीं पहन देना श्रेसी एक 16-17 साल दे संघर्ष तो बाद जिस तरह तुहाडे परिवार नू ए इंसाफ मिलिया है और जिस तरह रामचंद्र छत्रपति दे हत्या दे मामले च डेरा मुखी गुरमीत राम रीम नू उम्र कैद दी सज़ा हुई है उस नू तुसी सारे परिवार वालों उस नू किस तरह देखदे हो और उस फैसले नू जिहड़ा आया फैसले नू किस तरह तुसी देखदे असी चाहते सी कि कैपिटल पनिशमेंट गुरमीत नू सुनाई जाए क्योंकि कोई भी सज़ा गुरमीत लई घट है गुरमीत एक हैबिचुअल क्रिमिनल है लेकिन जुडिशरी ने जो भी फैसला दिता वो साढ़े सिर मत्थे है साढ़े लई सुखद है और मेरी माता जी मेरे भैन भरा बाकी फैमिली सब बहुत खुश ने मेरे फादर दे पेरेंट्स एंड तक इस न्याय की उम्मीद च तड़फदे हुए अब दुनिया तो गए लेकिन दादी हाँ जी ते हुन मैनू लगता है कि उन्हां दियां रूहां नू भी शांति मिली होएगी और छत्रपति भी जिथे भी होंगे वो 17 जनवरी नू जरूर मुस्कुराए होंगे बहुत बहुत धन्यवाद श्री सी ये सन साढ़े नाल स्वर्गवासी पत्रकार रामचंद्र छत्रपति की बेटी श्रेसी जिन्होंने दसिया कि इन्हों का पूरा हालात 16-17 साल का संघर्ष किदा का गुजरिया और किदा इन्होंने पूरे डेरा मुखी गुरमीत राम रहीम के खिलाफ संघर्ष के किना हालातों से गुजरे मैं सुरेंद्र सिंह कैमरामैन के नाल अजीत वैब टीवी के लिए राम सिंह बराड़ चंडीगढ़ तो